ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਇੱਕ ਸ਼ਬਦ ਬਾਰੇ ਦੱਸਣ ਜਾ ਰਹੇ ਹਾਂ ਇਸ ਸ਼ਬਦ ਵਿੱਚ ਇੰਨੀ ਤਾਕਤ ਹੈ ਇੰਨੀ ਪਾਵਰ ਹੈ ਕਿ ਕਿੰਨੇ ਵੀ ਵੱਡੇ ਭੂਤ ਪ੍ਰੇਤ ਦਾ ਤੁਹਾਡੇ ਘਰ ਦੇ ਵਿੱਚ ਵਾਸ ਹੋਵੇ ਤੁਹਾਡੇ ਕੰਮਾਂ ਨੂੰ ਕਿੰਨੇ ਵੀ ਵੱਡੇ ਤਾੰਤ੍ਰਿਕ ਨੇ ਜਾਦੂ ਟੂਣਾ ਕਰਕੇ ਬੰਨਿਆ ਹੋਵੇ ਉਹ ਕੰਮ ਦਿਨਾਂ ਦੇ ਵਿੱਚ ਖੁੱਲ ਜਾਵੇਗਾ ਅਤੇ ਵੱਡੇ ਤੋਂ ਵੱਡਾ ਭੂਤ ਵੀ ਤੁਹਾਡਾ ਘਰ ਛੱਡ ਕੇ ਨੱਠਣ ਦੇ ਲਈ ਮਜਬੂਰ ਹੋ ਜਾਵੇਗਾ ਘਰ ਦੀਆਂ ਜੂਹਾਂ ਦੇ ਵਿੱਚ ਦੁਬਾਰਾ ਉਹ ਕਦੇ ਵੀ ਨਹੀਂ ਵੜ ਸਕੇਗਾ ਇਸ ਸ਼ਬਦ ਦੇ ਜਾਪ ਅੱਗੇ ਵੱਡੇ ਤੋਂ ਵੱਡੇ ਤਾਂਤਰਿਕਾਂ ਦੇ ਕੀਤੇ ਕਰਾਏ ਫੇਲ ਹੋ ਜਾਂਦੇ ਹਨ ਅਤੇ ਸਭ ਤੋਂ ਵੱਡੇ ਭੂਤ ਵੀ ਤੁਹਾਡਾ ਘਰ ਛੱਡ ਕੇ ਭੱਜ ਜਾਣਗੇ ਘਰ ਦੇ ਵਿੱਚ ਵੜਨ ਦੀ ਹਿੰਮਤ ਨਹੀਂ ਕਰਨਗੇ ਤੁਹਾਡੇ ਕਿੰਨੇ ਵੀ ਪੁਰਾਣੇ ਕੰਮ ਕੀਤੇ ਕਰਾਏ ਦੇ ਨਾਲ ਜੱਧ ਟੂਣੇ ਦੇ ਨਾਲ ਬੰਨੇ ਹੋਣ ਦਿਨਾਂ ਦੇ ਵਿੱਚ ਇਸ ਸ਼ਬਦ ਦੇ ਜਾਪ ਨਾਲ ਖੁੱਲ ਜਾਣਗੇ ਬਸ ਇਸ ਸ਼ਬਦ ਦਾ ਜਾਪ ਤੁਸੀਂ ਸ਼ਰਦਾ ਦੇ ਨਾਲ ਇੱਕ ਮਨ ਚਿੱਤ ਹੋ ਕੇ ਕਰਨਾ ਹੈ 21 ਦਿਨ ਲਗਾਤਾਰ ਹਰ ਰੋਜ਼ ਸਵੇਰੇ 51 ਵਾਰ ਇਸ ਸ਼ਬਦ ਦਾ ਜਾਪ ਕਰਨਾ ਹੈ 21 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਡੇ ਨਾਲ ਐਸੇ ਚਮਤਕਾਰ ਹੋਣਗੇ ਕਿ ਤੁਸੀਂ ਖੁਦ ਕਹੋਗੇ ਕਿ ਪ੍ਰਮਾਤਮਾ ਸਾਡੇ ਨਾਲ ਹੈ ਤੁਹਾਡੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਆਓ ਹੁਣ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਰਹਾਓ ਪ੍ਰਾਨ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ ਹੇ ਸਮਰਥ ਅਗੰਮ ਪੂਰਨ 모ਹੇ ਮਯਾ ਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ